ਅੱਜ ਸਾਨੂੰ ਲੈ ਕੇ ਚੱਲਦੇ ਹਾਂ ਜੀ ਪੰਜਾਬੀ ਚਾਂਪ ਕਾਰਨਰ ਜਿਹਦਾ ਨਾਂ ਹੈ ਕਿ ਜੀਤ ਵੈਜ ਚਾਂਪ ਕਾਰਨਰ। ਠੀਕ ਹੈ, ਸਾਡੇ ਪਾਲਿਕਾ ਬਾਜ਼ਾਰ ਅੰਮ੍ਰਿਤਸਰ ਦੀ ਸਭ ਤੋਂ ਮਸ਼ਹੂਰ ਚਾਂਪ ਹੈ ਜੀ, ਬਹੁਤ ਹੀ ਟੇਸਟੀ ਅਤੇ ਬਹੁਤ ਹੀ ਕਿਫਾਇਤੀ ਰੇਟ ਦੇ ਨਾਲ ਜਿਹੜੀ ਮਿਲਦੀ ਹੈ ਇੱਥੋਂ। ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਡੇ ਚਾਂਪ ਦੇ ਕਾਰਨਰ ਦੇ ਉੱਪਰ, ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਸ਼ੂਟ ਦੇ ਵਿੱਚ, ਉਹਨਾਂ ਦੇ ਨਾਲ ਨਾਲ ਮਿਲਾਉਂਦੇ ਹਾਂ, ਨਾਲ ਗੱਲ ਕਰਦੇ ਹਾਂ। ਹਾਂਜੀ ਚਲੋ ਜੀ, ਮਿਲਾਉਂਦੇ ਹਾਂ ਤੁਹਾਨੂੰ ਸਾਡੇ ਚਾਂਪ ਵਾਲੇ ਵੀਰੇ ਨਾਲ, ਜਿਹੜੇ ਕਿ ਬਹੁਤ ਹੀ ਵਧੀਆ ਚਾਂਪ ਤਿਆਰ ਕਰਦੇ ਨੇ। ਠੀਕ ਹੈ, ਚਲੋ ਚੱਲਦੇ ਹਾਂ ਉਹਨਾਂ ਕੋਲ। ਹਾਂਜੀ ਇਹ ਨੇ ਜੀ ਸਾਡੇ ਚਾਂਪ ਵਾਲੇ ਵੀਰ ਜੀ। ਹਾਂਜੀ ਚਲੋ ਇਹਨਾਂ ਨਾਲ ਮਿਲਦੇ ਹਾਂ ਅਤੇ ਗੱਲ ਕਰਦੇ ਹਾਂ। ਹਾਂਜੀ ਵੀਰੇ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਮਲਜੀਤ ਹੈ ਜੀ। ਕਮਲਜੀਤ, ਹਾਂਜੀ ਇਹ ਵੀਰ ਜੀ ਚਾਂਪ ਵਾਲੇ। ਸਰ ਹਾਂਜੀ ਦੱਸਿਓ ਸਾਨੂੰ ਕਿਹੜੀ ਕਿਹੜੀ ਚਾਂਪ ਮਿਲਦੀ ਹੈ ਤੁਹਾਡੇ ਕੋਲ ਜੀ? ਸਾਡੇ ਕੋਲ ਇੱਥੇ ਕਰੰਚੀ ਚਾਂਪ ਮਿਲਦੀ ਹੈ ਜੀ, ਜਿਹੜੀ ਸਾਡੀ ਬਹੁਤ ਹੀ ਫੇਮਸ ਹੈਗੀ ਹੈ। ਠੀਕ ਹੈ, ਕਰੰਚੀ ਚਾਂਪ। ਕਰੰਚੀ ਚਾਂਪ ਉਸ ਵੀਰੇ ਕਰੰਚੀ ਚਾਂਪ ਹੁਣ ਤੁਸੀਂ ਦੱਸ ਦਿਓ, ਬਾਅਦ ਵਿੱਚ ਆਪਾਂ ਦਿਖਾ ਵੀ ਦੇਵਾਂਗੇ ਥੋੜ੍ਹਾ। ਠੀਕ ਹੈ, ਲੋਕ ਸਬਸਕ੍ਰਾਈਬਰ ਹੋਣਗੇ ਉਹਨਾਂ ਨੂੰ। ਕਰੰਚੀ ਚਾਂਪ ਤੋਂ ਇਲਾਵਾ? ਕਰੰਚੀ ਚਾਂਪ ਹੈਗੀ ਸਾਡੇ ਕੋਲ, ਸਾਡੇ ਕੋਲ ਮਲਾਈ ਚਾਂਪ ਹੈਗੀ ਹੈ। ਠੀਕ ਹੈ ਜੀ, ਸਾਡੇ ਜਿਹੜਾ ਸਟਾਈਲ ਹੈਗਾ ਚਾਂਪ ਦਾ ਉਹ ਡਿਫਰੈਂਟ ਹੈਗਾ ਸਾਰੇ ਨਾਲੋਂ। ਅੰਮ੍ਰਿਤਸਰ 'ਚ ਸਭ ਤੋਂ ਡਿਫਰੈਂਟ ਤੁਹਾਨੂੰ ਮਲਾਈ ਚਾਂਪ ਦਾ ਸਟਾਈਲ। ਵੈਸੇ ਆਹ ਗੱਲ ਸੱਚੀ ਹੈ ਜੀ, ਮੈਂ ਘੱਟੋ ਘੱਟ ਮੈਨੂੰ 3 ਸਾਲ ਹੋ ਗਏ ਇੱਥੇ ਚਾਂਪ ਖਾਂਦੀ ਨੂੰ। ਦੁਨੀਆ ਦੀ ਸਭ ਤੋਂ ਵਧੀਆ ਚਾਂਪ ਜਿਹੜੀ ਮੈਨੂੰ ਇਸੇ ਦੁਕਾਨ ਤੋਂ, ਇਸੇ ਰੇੜੀ ਤੋਂ ਮਿਲਦੀ ਹੈ। ਮੈਂ ਕਹਿੰਦੀ ਕਿਸੇ ਵੀ ਰੈਸਟੋਰੈਂਟ 'ਤੇ ਚਲ ਜਾਓ, ਤੁਹਾਨੂੰ ਜਿਹੜੀ ਚਾਂਪ ਹੈ ਕਿਤੋਂ ਨਹੀਂ ਮਿਲਦੀ ਇਸ ਤਰ੍ਹਾਂ ਦੀ। ਸਟਾਫ ਅਤੇ ਉਹਦੇ ਵਿੱਚ ਮਸਾਲਾ ਜਿਹੜਾ ਵੀਰ ਭਰਦੇ ਨੇ ਨਾ, ਇੱਕਦਮ ਆਪਤ ਜੇ। ਅਤੇ ਤੁਸੀਂ, ਮੈਂ ਤਾਂ ਕਹਿੰਦੀ ਇੱਕ ਵਾਰੀ ਖਾਓਗੇ ਨਾ ਤਾਂ ਫਿਰ ਪਤਾ ਲੱਗਣਾ, ਇੱਕ ਵਾਰੀ ਆਓ ਵਿਜ਼ਿਟ ਕਰੋ ਅਤੇ ਫਿਰ ਪਤਾ ਲੱਗੇ। ਹਾਂਜੀ ਵੀਰੇ ਇਹ ਜਿਹੜੀ ਆ ਹਰਿਆਲੀ ਚਾਂਪ, ਇਹ ਹਰਿਆਲੀ ਚਾਂਪ ਹੈ ਸਾਡੀ, ਇਹਦਾ ਵੀ ਬਹੁਤ ਵਧੀਆ ਟੇਸਟ ਹੁੰਦਾ ਜੀ, ਇਹਦਾ ਮਸਾਲਾ ਅਸੀਂ ਖੁਦ ਤਿਆਰ ਕਰਦੇ ਹਾਂ। ਠੀਕ ਹੈ ਜੀ, ਹਰਿਆਲੀ ਚਾਂਪ ਦੇ ਵਿੱਚ ਕੀ ਲੱਗਦਾ ਦੱਸ ਸਕਦੇ ਹੋ? ਹਰਿਆਲੀ ਚਾਂਪ ਸਾਡਾ ਆਪਣਾ ਸੀਕ੍ਰੇਟ ਮਸਾਲਾ ਹੈਗਾ। ਸੀਕ੍ਰੇਟ ਮਸਾਲਾ ਕਿ ਨਹੀਂ ਮਸਾਲਾ ਤਿਆਰ ਕਰਦੇ ਆ ਚਾਂਪ ਚ ਪਾਉਣ ਵਾਸਤੇ? ਠੀਕ ਹੈ ਜੀ, ਅੱਛਾ ਇਹ ਸੀਕ੍ਰੇਟ ਆ, ਇਹ ਨਹੀਂ ਦੱਸ ਸਕਦੇ। ਠੀਕ ਹੈ, ਉਹਦੇ ਵਾਸਤੇ ਸੌਰੀ। ਚਲੋ ਕੋਈ ਗੱਲ ਨਹੀਂ, ਤੁਸੀਂ ਖਾਣੀਆਂ ਤੇ ਆ ਜਾਓ, ਉਹ ਟੇਸਟ ਤੁਹਾਨੂੰ ਦਿਖਾ ਦੇਣਗੇ। ਠੀਕ ਹੈ, ਹਾਂਜੀ ਬਿਲਕੁਲ। ਚਲੋ ਹਾਂਜੀ, ਹੋਰ ਦੂਸਰੀ ਵਾਲੀ ਵੀਰੇ, ਕੋਈ ਹੋਰ ਚਾਂਪ? ਇਹ ਸਾਡੀ ਕਰੰਚੀ ਚਾਂਪ ਹੈ, ਤੁਸੀਂ ਦੇਖ ਲਈ ਕਰੰਚੀ ਚਾਂਪ ਹੈ। ਇਹ ਸਾਡੀ ਮਲਾਈ ਚਾਂਪ ਹੈ। ਠੀਕ ਹੈ, ਇਹ ਮਲਾਈ ਚਾਂਪ ਜੀ। ਠੀਕ ਹੈ, ਇਹ ਸਾਡੀ ਪੁਦੀਨਾ ਚਾਂਪ ਹੈ। ਇਹ ਪੁਦੀਨਾ ਚਾਂਪ ਜਿਹਨੂੰ ਤੁਸੀਂ ਹਰਿਆਲੀ ਹਰਿਆਲੀ ਚਾਂਪ ਔਰ ਹਰਿਆਲੀ ਚਾਂਪ ਔਰ ਪੁਦੀਨਾ ਚਾਂਪ ਜਿਹੜੀ ਉਹ ਸੇਮ ਹੀ ਨੇ। ਠੀਕ ਹੈ, ਸੇਮ ਹੀ ਹੈ। ਠੀਕ ਹੈ, ਇਹ ਸਾਡਾ ਆਪਣਾ ਮਸਾਲਾ ਬਣਾਇਆ ਹੁੰਦਾ ਜਿਹੜਾ ਅਸੀਂ ਚਾਂਪ ਦੇ ਵਿੱਚ ਪਾਉਂਦੇ ਹਾਂ। ਇਹ ਇੱਕ ਸਪੈਸ਼ਲ ਮਸਾਲਾ ਹੈ ਜਿਹੜਾ ਖਾਣੇ ਨਾਲ, ਉਹਦੇ ਨਾਲ ਜਿਹੜੇ ਚਾਂਪ ਨੂੰ 4 ਚੰਦ ਲੱਗ ਜਾਂਦੇ ਨੇ। ਠੀਕ ਹੈ, ਤੇ ਇਹਨਾਂ ਨੇ ਇੱਕ ਹੋਰ ਚਟਨੀ ਵੀ ਤਿਆਰ ਕੀਤੀ ਹੁੰਦੀ, ਇਹ ਦੇਖੋ ਉਹਦੇ ਨਾਲ ਤੁਹਾਨੂੰ ਚਟਨੀ ਮਿਲੇਗੀ ਨਾਲ ਪਿਆਜ਼ ਮਿਲਣਗੇ। ਠੀਕ ਹੈ, ਉਹਦੀ ਪ੍ਰੈਪਰੇਸ਼ਨ ਤੁਹਾਨੂੰ ਮੈਂ ਥੋੜ੍ਹੀ ਦੇਰ ਬਾਅਦ ਵਿੱਚ ਦਿਖਾਵਾਂਗੀ। ਚਲੋ ਤੁਹਾਨੂੰ ਪ੍ਰੈਪਰੇਸ਼ਨ ਵੀ ਦਿਖਾਉਂਦੇ ਹਾਂ। ਠੀਕ ਹੈ, ਨਹੀਂ ਅੰਦਰ ਬਣਾਉਣਾ 2 ਮਿੰਟ ਵੀਰੇ, ਤੁਸੀਂ ਸਾਡੇ ਲਈ ਬਣਾਓ ਮਲਾਈ ਚਾਂਪ ਬਣਾਓ ਵੀਰੇ ਇੱਕ। ਇਹਦੇ ਨਾਲ ਜਿਹੜਾ ਸਾਨੂੰ ਖਾਣ ਵਾਸਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਅਵੇਲੇਬਲ ਆ? ਅਵੇਲੇਬਲ ਸਾਡੇ ਕੋਲ ਰੁਮਾਲੀ ਰੋਟੀ, ਕੁਲਚੇ ਹੈਗੇ ਜੀ। ਠੀਕ ਹੈ, ਮੱਖਣ ਲਗਾ ਕੇ, ਮੱਖਣ ਲਗਾ ਕੇ ਕੁਲਚਾ ਤੁਹਾਨੂੰ ਉਹ ਜਿਵੇਂ ਰੋਸਟ ਕਰਕੇ ਦੇਣਗੇ। ਰੋਸਟ ਕਰਕੇ, ਠੀਕ ਹੈ। ਇਹ ਹੋ ਗਈ ਜੀ ਸਾਡੀ ਚਾਂਪ ਤਿਆਰ। ਠੀਕ ਹੈ, ਵੇਖੋ ਕਿੰਨੀ ਸੋਹਣੀ ਲੱਗ ਰਹੀ ਹੈ। ਸਾਈਡ ਤੇ ਰੱਖ ਕੇ ਨਾ ਰੋਟੀ ਲਾ ਲਓ, ਮਹਿੰਗੀ ਰੋਟੀ ਲਾ ਲਓ।
ਦੀ ਰੁਮਾਲੀ ਰੋਟੀ ਰੋਸਟ ਠੀਕ ਹੈ ਨਾਲ ਸਾਡਾ ਜੇ ਮਲਾਈ ਚਾਂਪ ਵਿਦ ਚਟਨੀ ਪਿਆਜ਼ ਔਰ ਰੁਮਾਲੀ ਰੋਟੀ ਤੁਹਾਡੀ ਮਰਜ਼ੀ ਹੈ ਤੁਸੀਂ ਕੁਲਚਾ ਵੀ ਆਰਡਰ ਕਰ ਸਕਦੇ ਹੋ ਕੋਈ ਖਾਸ ਤੁਸੀਂ ਰੁਮਾਲੀ ਰੋਟੀ ਖਾ ਲਓ ਤਿਆਰ ਹੁਣ ਤੁਹਾਨੂੰ ਅਸੀਂ ਖਾ ਕੇ ਟੇਸਟ ਕਰਕੇ ਤੇ ਥੋੜਾ ਜਿਹਾ ਮੂੰਹ ਚ ਪਾਣੀ ਲਿਆ ਕੇ ਫਿਰ ਦੱਸਾਂਗੇ ਠੀਕ ਹੈ ਜੇ ਖਾਣੀ ਆ ਤੇ ਤੁਸੀਂ ਐਂ ਕਰੋ ਮੈਂ ਤੁਹਾਨੂੰ ਐਡਰੈਸ ਦਿੰਦੀ ਹਾਂ ਅੰਮ੍ਰਿਤਸਰ ਪਾਲਿਕਾ ਬਾਜ਼ਾਰ ਪੁਤਲੀ ਘਰ ਉੱਥੇ ਆ ਕੇ ਵਿਜ਼ਿਟ ਕਰੋ ਐਸ ਵੀਰ ਜੀ ਦੇ ਕੋਲ ਨਾਮ ਕੀ ਸੀ ਵੀਰੇ ਆਪਣਾ ਫਿਰ ਮੈਨੂੰ ਭੁੱਲ ਗਿਆ ਕਮਲ ਕਮਲ ਵੀਰ ਜੀ ਦੇ ਕੋਲ ਇਹਨਾਂ ਦੀ ਰੇਡੀ ਦਾ ਨਾਮ ਜੇ ਜੀਤ ਵੈਜ ਚਾਂਪ ਜੇ ਜ਼ਿਆਦਾ ਡਿਟੇਲ ਲੈਣੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਆ ਕੇ ਓਕੇ ਜੀ ਹੁਣ ਆਪਾਂ ਐਂ ਕਰਦੇ ਹਾਂ ਇਹਨੂੰ ਕਰਦੇ ਹਾਂ ਟੇਸਟ ਅਤੇ ਫਿਰ ਤੁਹਾਨੂੰ ਇਹਦੇ ਆਪਾਂ ਵਿਊਜ਼ ਦਿੰਦੇ ਹਾਂ ਇਹ ਆ ਗਈ ਜੀ ਸ਼ਾਮ ਸਾਡੇ ਕੋਲ ਠੀਕ ਹੈ ਅਸੀਂ ਲੱਗੇ ਖਾਣ ਇਹਨੂੰ ਇਹਨੂੰ ਵੇਖ ਕੇ ਮੂੰਹ ਦੇ ਵਿੱਚ ਇਸ ਤਰ੍ਹਾਂ ਪਾਣੀ ਆ ਰਿਹਾ ਹੈ ਇੰਨੀ ਭੁੱਖ ਲੱਗ ਰਹੀ ਬਹੁਤ ਜ਼ਿਆਦਾ ਮਾਇਨੀ ਤੁਸੀਂ ਨੀ ਖਾ ਰਹੇ ਨਹੀਂ ਸਬਸਕ੍ਰਾਈਬ ਜ਼ਰੂਰ ਕਰੋ ਸੋ ਥੈਂਕ ਯੂ ਫਰੈਂਡਸ